ਡੇਰੇ ਦੇ ਜਿਹੜੇ ਨਵੇਂ ਮੁਖੀ ਬਣੇ ਨੇ ਵਰਿੰਦਰ ਢਿੱਲੋਂ, ਉਹਨਾਂ ਦਾ ਜਿੱਦਾਂ ਰਸਮੀ ਤੌਰ ਦੇ ਉੱਤੇ ਉਹਨਾਂ ਨੂੰ ਗੱਦੀ ਦੇ ਉੱਤੇ ਬਿਠਾ ਕੇ ਗਏ ਡੇਰਾ ਬਿਆਸ ਦੇ ਮੁਖੀ, ਅਤੇ ਬਲਜੀਤ ਸਿੰਘ ਦਾਦੂ ਵਾਲ ਵੀ ਨਾਲ ਮੌਜੂਦ ਸੀਗੇ। ਇਹਨੂੰ ਲੈ ਕੇ ਹੁਣ ਵਿਵਾਦ ਪੈਦਾ ਹੋ ਗਿਆ ਹੈ। ਹਿਸਾਰ ਦੇ ਵਿੱਚ SDM ਨੂੰ ਉੱਥੋਂ ਦੀ ਜਿਹੜੀ ਸੇਵਾ ਸੰਮਤੀ ਬਣੀ ਹੋਈ ਹੈ ਇਸ ਡੇਰੇ ਦੇ ਨਾਲ ਸੰਬੰਧਿਤ, ਉਹਨਾਂ ਨੇ ਮੰਗ ਪੱਤਰ ਦਿੱਤਾ ਹੈ ਅਤੇ CBI ਜਾਂਚ ਦੀ ਮੰਗ ਕੀਤੀ ਹੈ। ਭਾਜਪਾ ਦੀ ਸਰਕਾਰ ਨੂੰ ਵੀ ਕਿਹਾ ਸੀਗਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ, ਇਹ ਨਹੀਂ ਹੋਣਾ ਚਾਹੀਦਾ। ਅਤੇ ਅਸੀਂ ਜੰਤਰ ਮੰਤਰ 'ਤੇ ਧਰਨਾ ਪ੍ਰਦਰਸ਼ਨ ਵੀ ਕਰਕੇ ਆਏ ਹਾਂ, ਪਰ ਕੋਈ ਵੀ ਸਾਡੀ ਮੰਗ ਦਾ ਹੱਲ ਨਹੀਂ ਨਿਕਲਿਆ। ਅਤੇ ਹੁਣ ਵੀ ਜੇਕਰ ਇਹ ਵਾਲਾ ਫੈਸਲਾ ਨਾ ਬਦਲਿਆ ਗਿਆ ਤਾਂ ਅਸੀਂ ਭਾਜਪਾ ਨੂੰ ਵਿਧਾਨ ਸਭਾ ਦੇ ਵਿੱਚ ਝਟਕਾ ਦੇਵਾਂਗੇ। ਬਾਬਾ ਬਹਾਦਰ ਚੰਦ ਵਕੀਲ ਸਾਹਿਬ ਦੀ ਮੌਤ ਹੁੰਦੀ ਹੈ, ਡਿਕਲੇਅਰ ਕੀਤੀ ਜਾਂਦੀ ਹੈ, ਰੌਲਾ ਤਾਂ ਉਦਣ ਵੀ ਪੈ ਗਿਆ ਸੀ। ਉਦਣ ਕਹਿੰਦੇ ਜਿਹੜਾ ਉਹਨਾਂ ਦਾ ਡਰਾਈਵਰ ਹੈ, ਇੱਕ ਧੜੇ ਨੇ ਉਹਨਾਂ ਨੂੰ ਬਿਠਾਤਾ, ਤੇ ਜਿਹੜਾ ਉਹਨਾਂ ਨੇ ਆਪਦਾ ਨੈਕਸਟ ਥਾਪਿਆ ਜਗਦੀਪ ਸਿੰਘ ਉਹ ਉੱਥੇ ਗਏ, ਤੀਜੇ ਬਲਜੀਤ ਸਿੰਘ ਦਾਦੂ ਬਾਅਦ ਇਹ ਨਜ਼ਰ ਆਏ। ਲੋਕਾਂ ਨੂੰ ਬੜਾ ਭੁਲੇਖਾ ਪੈ ਗਿਆ ਕਿ ਕਿਤੇ ਇਹ ਤਾਂ ਨਹੀਂ ਬਈ ਇਹ ਡੇਰਾ ਜਿਹੜਾ ਸਰਸੇ ਵਾਲਾ ਹੈਗਾ ਦਾਦੂ ਵੱਲ ਉੱਥੇ ਜਾ ਵੜੇ। ਢਿੱਲ ਸਾਹਿਬ, ਡੇਰਾ ਜਗਮਾਲ ਵਾਲੀ ਕਾਫੀ ਚਰਚਾ ਦੇ ਵਿੱਚ ਹੈ। ਡੇਰੇ ਦੇ ਜਿਹੜੇ ਨਵੇਂ ਮੁਖੀ ਬਣੇ ਨੇ ਵਰਿੰਦਰ ਢਿੱਲੋਂ, ਉਹਨਾਂ ਦਾ ਜਿੱਦਾਂ ਰਸਮੀ ਤੌਰ ਦੇ ਉੱਤੇ ਉਹਨਾਂ ਨੂੰ ਗੱਦੀ ਦੇ ਉੱਤੇ ਬਿਠਾ ਕੇ ਗਏ ਡੇਰਾ ਬਿਆਸ ਦੇ ਮੁਖੀ, ਅਤੇ ਬਲਜੀਤ ਸਿੰਘ ਦਾਦੂ ਵਾਲ ਵੀ ਨਾਲ ਮੌਜੂਦ ਸੀਗੇ। ਇਹਨੂੰ ਲੈ ਕੇ ਹੁਣ ਵਿਵਾਦ ਪੈਦਾ ਹੋ ਗਿਆ ਹੈ। ਹਿਸਾਰ ਦੇ ਵਿੱਚ SDM ਨੂੰ ਉੱਥੋਂ ਦੀ ਜਿਹੜੀ ਸੇਵਾ ਸੰਮਤੀ ਬਣੀ ਹੋਈ ਹੈ ਇਸ ਡੇਰੇ ਦੇ ਨਾਲ ਸੰਬੰਧਿਤ, ਉਹਨਾਂ ਨੇ ਮੰਗ ਪੱਤਰ ਦਿੱਤਾ ਹੈ ਅਤੇ CBI ਜਾਂਚ ਦੀ ਮੰਗ ਕੀਤੀ ਹੈ। ਉਹ ਕਹਿੰਦੇ ਨੇ ਕਿ ਸਾਜ਼ਿਸ਼ ਦੇ ਤਹਿਤ ਹਸਪਤਾਲ ਜਿਹੜਾ ਮੈਕਸ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ, ਉੱਥੇ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਖਤਮ ਕੀਤਾ ਗਿਆ ਜੋ ਉੱਥੇ ਡੇਰੇ ਦੇ ਮੁਖੀ ਸੀਗੇ, ਬਾਬਾ ਬਹਾਦਰ ਚੰਦ ਵਕੀਲ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ, ਕਹਿੰਦੇ ਉਹਨਾਂ ਨੂੰ ਪਹਿਲੇ ਗੁਰੂ ਨੇ ਹੀ ਗੱਦੀ ਦਿੱਤੀ ਸੀਗੀ ਤਾਂ ਉਹ ਲੰਮਾ ਸਮਾਂ ਗੱਦੀ 'ਤੇ ਰਹੇ, ਅਤੇ ਸਾਜ਼ਿਸ਼ ਕਰਾਰ ਦਿੱਤੀ ਹੈ ਇਸ ਸੰਮਤੀ ਨੇ ਜੋ ਮੀਡੀਆ ਦੇ ਵਿੱਚ ਰਿਪੋਰਟਾਂ ਨੇ। ਅਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਭਾਜਪਾ ਦੀ ਸਰਕਾਰ ਨੂੰ ਵੀ ਕਿਹਾ ਸੀਗਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ, ਇਹ ਨਹੀਂ ਹੋਣਾ ਚਾਹੀਦਾ। ਅਤੇ ਅਸੀਂ ਜੰਤਰ ਮੰਤਰ 'ਤੇ ਧਰਨਾ ਪ੍ਰਦਰਸ਼ਨ ਵੀ ਕਰਕੇ ਆਏ ਹਾਂ, ਪਰ ਕੋਈ ਵੀ ਸਾਡੀ ਮੰਗ ਦਾ ਹੱਲ ਨਹੀਂ ਨਿਕਲਿਆ। ਅਤੇ ਹੁਣ ਵੀ ਜੇਕਰ ਇਹ ਵਾਲਾ ਫੈਸਲਾ ਨਾ ਬਦਲਿਆ ਗਿਆ ਤਾਂ ਅਸੀਂ ਭਾਜਪਾ ਨੂੰ ਵਿਧਾਨ ਸਭਾ ਦੇ ਵਿੱਚ ਝਟਕਾ ਦੇਵਾਂਗੇ। ਉਹਨਾਂ ਦੇ ਜਿਹੜੇ 10 ਲੱਖ ਤੋਂ ਵੱਧ ਜਿਹੜੇ ਪ੍ਰੇਮੀ ਨੇ ਉੱਥੇ ਦੇ, ਜਿਹੜੇ ਜਾਂਦੇ ਨੇ ਉੱਥੋਂ ਦੇ ਸ਼ਰਧਾਲੂ ਨੇ, ਉਹ ਕਹਿੰਦੇ ਜੀ ਅਸੀਂ 10 ਲੱਖ ਦੇ 10 ਲੱਖ ਇੱਕ ਤਾਂ BJP ਦਾ ਬਾਈਕਾਟ ਕਰਾਂਗੇ, ਦੂਜਾ ਬਲਜੀਤ ਸਿੰਘ ਦਾਦੂਵਾਲ ਦਾ ਬਾਈਕਾਟ ਹੋਵੇਗਾ, ਅਤੇ ਤੀਜਾ ਡੇਰਾ ਬਿਆਸ ਵਾਲਿਆਂ ਦਾ ਵੀ ਅਸੀਂ ਬਾਈਕਾਟ ਕਰ ਦਿਆਂਗੇ। ਨਹੀਂ ਤਾਂ ਇਸ ਮਸਲੇ ਨੂੰ ਹੱਲ ਕੀਤਾ ਜਾਵੇ, ਇਹਦੀ ਇੱਕ ਤਾਂ CBI ਜਾਂਚ ਕਰਵਾਈ ਜਾਵੇ, ਕਿਉਂਕਿ ਇਸ ਤਰ੍ਹਾਂ ਕੋਈ ਗੱਦੀ 'ਤੇ ਬੈਠਦਾ ਹੈ ਉਹ ਸਵਾਲ ਖੜ੍ਹੇ ਕਰਦਾ ਹੈ। ਅਜਿਹੀਆਂ ਮੰਗਾਂ ਲੈ ਕੇ ਜਿਹੜੀ ਹਸਤਾਰ ਦੀ ਸੰਮਤੀ ਹੈ ਸੇਵਾ ਵਾਲੀ, ਉਹ SDM ਕੋਲ ਪਹੁੰਚੀ ਹੈ ਜੀ। ਦੇਖੋ ਧਰਮਿੰਦਰ, ਜਿੱਦਣ ਬਾਬਾ ਬਹਾਦਰ ਚੰਦ ਵਕੀਲ ਸਾਹਿਬ ਦੀ ਮੌਤ ਹੁੰਦੀ ਹੈ, ਡਿਕਲੇਅਰ ਕੀਤੀ ਜਾਂਦੀ ਹੈ, ਰੌਲਾ ਤਾਂ ਉਦਣ ਵੀ ਪੈ ਗਿਆ ਸੀ। ਉਦਣ ਕਹਿੰਦੇ ਜਿਹੜਾ ਉਹਨਾਂ ਦਾ ਡਰਾਈਵਰ ਹੈ, ਇੱਕ ਧੜੇ ਨੇ ਉਹਨਾਂ ਨੂੰ ਬਿਠਾਤਾ ਸੀ, ਆਪਸ ਵਿੱਚ ਲੜਾਈ ਝਗੜਾ ਹੋਇਆ। ਹੁਣੇ ਜਦੋਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਅਤੇ ਜਿਹੜਾ ਉਹਨਾਂ ਨੇ ਆਪਦਾ ਨੈਕਸਟ ਥਾਪਿਆ ਜਗਦੀਪ ਸਿੰਘ ਉਹ ਉੱਥੇ ਗਏ, ਤੀਜੇ ਬਲਜੀਤ ਸਿੰਘ ਦਾਦੂ ਬਾਅਦ ਇਹ ਨਜ਼ਰ ਆਏ। ਲੋਕਾਂ ਨੂੰ ਬੜਾ ਭੁਲੇਖਾ ਪੈ ਗਿਆ ਕਿ ਕਿਤੇ ਇਹ ਤਾਂ ਨਹੀਂ ਬਈ ਇਹ ਡੇਰਾ ਜਿਹੜਾ ਸਰਸੇ ਵਾਲਾ ਹੈਗਾ ਦਾਦੂ ਵੱਲ ਉੱਥੇ ਜਾ ਵੜਿਆ। ਲੋਕ ਡੇਰਾ ਸਰਸਾ ਕਹਿ ਦਿੰਦੇ ਆ, ਜ਼ਿਲ੍ਹਾ ਸਰਸਾ ਹੀ ਹੈ,
ਪਰ ਇਹ ਜਿਹੜਾ ਡੇਰਾ ਹੈਗਾ ਮੰਡੀ ਕਾਲਾਂਵਾਲੀ ਦੇ ਨਾਲ ਹੈ, ਉੱਥੋਂ ਤਕਰੀਬਨ ਕਹਿ ਸਕਦੇ ਹਾਂ ਕਿ 25-30 ਕਿਲੋਮੀਟਰ ਦਾ ਫਰਕ ਹੈ। ਹੁਣ ਜਦੋਂ ਸੰਮਤੀ ਨੇ SDM ਨੂੰ ਦੇਤਾ, ਕੇਂਦਰ 'ਚ ਵੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ ਅਤੇ ਹਰਿਆਣੇ 'ਚ ਵੀ ਜਨਤਾ ਪਾਰਟੀ ਦੀ ਹੈ। ਇਹ ਤੋਂ ਐਂ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਕਥਿਤ ਰੂਪ ਦੇ ਵਿੱਚ ਝਟਕੇ 'ਤੇ ਝਟਕਾ ਵੱਜ ਰਿਹਾ ਹੈ। ਪਤਾ ਨਹੀਂ ਪਹਿਲਾਂ ਹੀ ਆਸਾਰ ਉਹੋ ਜਿਹੇ ਬਣ ਜਾਂਦੇ ਨੇ। ਸੋ ਜਦੋਂ ਉਹਨਾਂ ਨੇ SDM ਨੂੰ ਇਹ ਮੰਗ ਪੱਤਰ ਦਿੱਤਾ, ਪਤਾ ਨਹੀਂ ਹੁਣ SDM ਇਹ 'ਤੇ ਕੀ ਕਰਦੇ ਆ। ਉਹਨਾਂ ਨੇ CBI ਜਾਂਚ ਮੰਗੀ ਹੈ, ਜੇ ਇਹ ਵੀ ਸੁਣਨ 'ਚ ਆਇਆ ਕਿ ਇੱਥੇ ਮਸਲਾ ਹੱਲ ਨਹੀਂ ਹੁੰਦਾ, ਉਹ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਵੀ ਦਾਇਰ ਕਰਨਗੇ ਅਤੇ ਮੰਗ ਕਰਨਗੇ ਕਿ ਇਹਦੀ CBI ਜਾਂਚ ਕਰਵਾਈ ਜਾਵੇ, ਕਿਉਂਕਿ ਜਿਹੜੀ ਹਰਿਆਣੇ ਦੀ ਪੁਲਿਸ ਹੈ ਉਹ ਕਰ ਨਹੀਂ ਰਹੀ ਇਹਨਾਂ ਦਾ ਕੰਮ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ 'ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।